ਭਾਈ ਮਨਦੀਪ ਸਿੰਘ ਦਾ ਕਮੈਂਟ ਆਇਆ ਸੀਗਾ, ਇਹ ਕਹਿੰਦੇ ਕਛਹਿਰਾ ਕੱਟਣ ਦਾ ਅਤੇ ਬਣਾਉਣ ਦਾ ਤਰੀਕਾ ਦੱਸੋ, ਪਰ ਇਹ ਮੈਂ ਕਟਿੰਗ ਪਾਊਂਗਾ ਕਛਹਿਰੇ ਦੀ, ਜਿਹੜੀ ਜੇ ਕਟਿੰਗ ਦੀ ਵੀਡੀਓ ਪਾਊਂਗਾ। ਅਗਰ ਬਣਾਉਣ ਦੀ ਨਾਲ ਵੀਡੀਓ ਬਣਾਉਂਦੇ ਹਾਂ ਤਾਂ ਜ਼ਿਆਦਾ ਮਿੰਟਾਂ ਦੀ ਵੀਡੀਓ ਬਣੂਗੀ, ਇਸ ਵਾਸਤੇ ਸਿਰਫ ਕਟਿੰਗ ਦੀ ਵੀਡੀਓ ਪਾਊਂਗਾ। ਆ ਦੇਖੋ, ਸਭ ਤੋਂ ਪਹਿਲਾਂ ਮੇਰੇ ਕੋਲ ਕੱਪੜਾ ਜਿਹੜਾ 1.25 ਮੀਟਰ ਕੱਪੜਾ ਹੈ, ਇਸ ਨੂੰ ਡਬਲ ਕਰ ਲੈਣਾ, ਸਾਈਡ ਦੇ ਵਿੱਚ 1.25 ਇੰਚ ਲੀਰ ਲਾਉਣੀ, ਇਹਦੇ ਨਾਲੋਂ ਕੰਨੀ ਵਾਲੇ ਪਾਸੋਂ 1.25 ਇੰਚ 'ਤੇ ਨਿਸ਼ਾਨ ਲਾਉਣਾ ਹੈ। ਇਸ ਤਰ੍ਹਾਂ ਇੰਚੀ ਟੇਪ ਰੱਖ ਕੇ 1.25 ਇੰਚ 'ਤੇ ਨਿਸ਼ਾਨ ਲਾ ਲਓ, ਇੱਕੋ ਜਿਹੇ ਨਿਸ਼ਾਨ ਲੈਣਾ ਹੈ ਤਾਂ ਕਿ ਇੱਕੋ ਜਿਹੀ ਕਟਿੰਗ ਹੋ ਜਾਵੇ। ਕੰਨੀ ਵਾਲੀ ਸਾਈਡ ਤੋਂ ਲੀਰ ਲਾਉਣੀ ਹੈ ਦੋਨਾਂ ਪਾਸਿਓਂ, ਇਹਦਾ ਨਿਸ਼ਾਨ ਲਾ ਲਓ, ਕਿਸੇ ਨਾਲ ਸਿੱਧਾ ਨਿਸ਼ਾਨ ਲਾ ਕੇ ਕਟਿੰਗ ਕਰ ਲਓ। ਆਡੇ ਲੋਡ ਕੱਪੜਾ ਨਹੀਂ ਕੱਟਣਾ, ਇਹਨੂੰ ਸਾਈਡ ਤੋਂ ਕੰਨੀ ਲੋਡ ਕੱਟਣਾ ਹੈਗਾ, ਇਸ ਤਰ੍ਹਾਂ ਕਰਕੇ ਕਟਿੰਗ ਕਰ ਲਿਆ ਕਰੋ ਇਹਦੀ। ਆਉਣ ਵਾਲੀ ਵੀਡੀਓ 'ਤੇ ਦੱਸਾਂਗੇ ਤੁਹਾਨੂੰ ਕਛਹਿਰਾ ਬਣਾਉਣ ਦਾ ਤਰੀਕਾ। ਅਤੇ ਇੱਕ ਪਾਸੇ ਲੀਰ ਲਾਤੀ ਹੈ, ਦੋਨੇ ਪਾਸੇ ਕਟਿੰਗ ਕਰਾਂਗੇ ਇਹਦੀ, ਇਸ ਤਰ੍ਹਾਂ ਦੂਜੀ ਸਾਈਡ ਤੋਂ ਵੀ ਕਟਿੰਗ ਕਰਨੀ ਹੈ ਇਹਦੀ। ਇਹ ਜਿਹੜਾ ਲੀਰਾ ਹੈਗਾ ਆਪਣੇ ਕੋਲ, ਇਹ ਪੋਂਚੇ 'ਤੇ ਲਾਉਣ ਨੂੰ ਕੰਮ ਆਊਗਾ। ਇਸ ਤਰ੍ਹਾਂ ਵਾਸਤੇ ਦੋਨੋਂ ਪਾਸੇ ਕਟਿੰਗ ਕਰ ਦੇਣੀ ਹੈ ਇਹਦੀ। ਜ਼ਿਆਦਾ ਜ਼ਿਆਦਾ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਹੋਰ ਵੀ ਵੀਡੀਓ ਬਹੁਤ ਪਾਈਆਂ ਹੋਈਆਂ, ਸਾਰੀ ਵੀਡੀਓ ਦੇਖਿਆ ਕਰੋ ਤਾਂ ਕਿ ਪਤਾ ਲੱਗੇ ਕਿਵੇਂ ਕਟਿੰਗ ਕਰੀ ਹੈ, ਕਿਵੇਂ ਬਣਾਈ ਗਈ ਹੈ, ਉਹਦੀ ਸਿਲਾਈ ਪਾਵਾਂਗੇ ਜਿਹੜੀ ਉਂਦਲੀ ਸਾਈਡ, ਜਿਹੜੀ ਆਡੇ ਲੋਟ ਹੈ ਸਿਲਾਈ ਉੱਥੇ ਪਾਣੀ ਹੈ, ਕੰਨੀ ਲੋਟ ਸਿਲਾਈ ਨਹੀਂ ਮਾਰਨੀ ਗੀ। ਆਹ ਦੇਖੋ, ਇਸ ਤਰ੍ਹਾਂ ਰੱਖ ਕੇ ਇੱਕ ਪੱਲਾ ਥੋੜ੍ਹਾ ਜਿਹਾ ਵਧਾਉਣਾ ਹੈਗਾ, ਇੱਕ ਪੱਲਾ ਘੱਟ ਰੱਖਣਾ ਹੈਗਾ, ਆਡੇ ਲੋਟ ਸਿਲਾਈ ਮਾਰਨੀ ਹੈ। ਇਸ ਤਰ੍ਹਾਂ ਰੱਖ ਕੇ ਪੈਰ ਪੈਰ ਦੀ ਸਿਲਾਈ ਮਾਰ ਦਿਓ, ਥੋੜ੍ਹਾ ਜਿਹਾ ਪੱਲਾ ਵਧਾ ਕੇ ਰੱਖਣਾ ਇੱਕ ਪੱਲਾ, ਜਾਣੀ ਕਿ ਜਦੋਂ ਆਪਾਂ ਕੱਪੜਾ ਮੋੜਾਂਗੇ ਅੰਦਰੀ ਸਾਈਡ ਤਾਂ ਸੌਖਾ ਮੁੜ ਜੂ ਕੱਪੜਾ ਅੰਦਰ। ਇਸ ਤਰ੍ਹਾਂ ਇੱਕੋ ਜਿਹੀ ਸਿਲਾਈ ਮਾਰਨੀ ਤੁਰਤਾ ਹੀ। ਇਹਦੇ ਪਲੇਲਿਸਟ 'ਚ ਜਾ ਕੇ ਦੇਖੋ, ਹੋਰ ਵੀ ਬਹੁਤ ਵੀਡੀਓ ਪਾਈਆਂ ਹੋਈਆਂ। ਆਪਦੇ ਇਸ ਤਰ੍ਹਾਂ ਕੱਪੜੇ ਨੂੰ ਅੰਦਰਲੀ ਸਾਈਡ ਮੋੜ ਦੇਣਾ, ਤਾਂ ਕੱਪੜਾ ਮੋੜਦੇ ਜਾਓ ਇੱਕੋ ਜਿਹਾ। ਆਸਾਨ ਤਰੀਕਾ ਕਟਿੰਗ ਕਰਨ ਦਾ, ਆਉਣ ਵਾਲੀ ਵੀਡੀਓ 'ਤੇ ਦੱਸਾਂਗੇ ਤੁਹਾਨੂੰ ਕਛਹਿਰਾ ਬਣਾਉਣ ਦਾ ਤਰੀਕਾ, ਕਿਸ ਤਰ੍ਹਾਂ ਬਣਾਉਣਾ, ਕਿਵੇਂ ਬਣਦਾ ਇਹ। ਹੋਰ ਜੋ ਪਹਿਲਾਂ ਵੀਡੀਓ ਪਾਈਆਂ ਹੋਈਆਂ, ਜੇਕਰ ਤੁਹਾਡੇ ਸਮਝ ਨਹੀਂ ਆਉਂਦੀ, ਆਹ ਦੇਖੋ ਕੰਨੀ ਪੜ੍ਹ ਕੇ ਇੱਕ ਪਾਸੇ ਜਿਹੜੇ ਆਪਾਂ ਸਿਲਾਈ ਮਾਰੀ ਹੈ, ਦੂਜੇ ਸਾਈਡ 'ਤੇ ਸੈਂਟਰ 'ਤੇ ਕੱਟ ਲਾ ਲੈਣਾ ਹੈ, ਤਾਂ ਥੋੜ੍ਹਾ ਜਿਹਾ ਸਿਲਾਈ ਫੜ ਕੇ ਜਿਹੜਾ ਮਚਾਲਾ ਕਰ ਲੈਣਾ ਕੱਪੜੇ ਦਾ। ਆਹ ਸਿਲਾਈ ਮਾਰੀ ਉਧਰਲੀ ਸਾਈਡ ਹੈਗੀ ਹੈ, ਆਹ ਇੱਕ ਪਾਸੇ ਸਿਲਾਈ, ਇੱਕ ਪਾਸੇ ਮਚਾਲਾ ਸੈਂਟਰ ਕਰ ਲਿਆ, ਉਹਦੇ ਕੱਟ ਲਾ ਲਓ ਥੋੜ੍ਹਾ ਜਿਹਾ। ਹੁਣ ਜਿਹੜੀ ਆਪਾਂ ਸਿਲਾਈ ਮਾਰੀ ਹੈ ਜਿਹੜੀ, ਉਹ ਸਿਲਾਈ ਦਾ ਇਹ ਕੱਟ ਨਾਲ ਮਿਲਾ ਦੇਣਾ ਇਹਨੂੰ। ਆਹ ਦੇਖੋ, ਇਸ ਤਰ੍ਹਾਂ ਸਿਲਾਈ ਉੱਪਰ ਰੱਖ ਲਈ, ਇਹਦੇ ਵਿਚਾਲਾ ਕਰ ਲਿਆ ਕੱਪੜੇ ਦਾ, ਸਿਲਾਈ ਦਾ ਅਤੇ ਕੱਟ ਦਾ। ਇਸ ਚੀਜ਼ ਦਾ ਧਿਆਨ ਰੱਖਣਾ ਜਦੋਂ ਆਪਾਂ ਕੱਪੜਾ ਕਟਿੰਗ ਕਰਨਾ ਕਛਹਿਰੇ ਵਾਸਤੇ, ਤਾਂ ਸਿਲਾਈ ਵਾਲਾ ਟਾਂਕਾ ਜਿਹੜਾ ਆਪਣੇ ਉੱਪਰਲੀ ਸਾਈਡ ਰੱਖਣਾ ਹੈ, ਥੱਲੜੀ ਸਾਈਡ ਨਹੀਂ ਸਿਲਾਈ ਕਰਨੀ। ਉਹ ਨਿਸ਼ਾਨ ਲਾ ਕੇ ਵੀ ਦੱਸੂਗਾ, ਦੇਖੋ ਇੱਕ ਪਾਸੇ ਉੱਪਰਲੀ ਸਿਲਾਈ ਹੈ ਜਿਹੜੀ, ਆਹ ਥੱਲੜੇ ਪਾਸੇ ਕੱਟ ਲਾਇਆ ਜਿਹੜਾ, ਆਹ ਉਹ ਸਿਲਾਈ ਵਾਲਾ ਪਾਸਾ ਉੱਪਰਲੀ ਸਾਈਡ ਹੈ। ਹੁਣ ਇੰਚੀ ਟੇਪ ਨਾਲ ਆਪਾਂ ਨਿਸ਼ਾਨ ਲਾਵਾਂਗੇ, ਉਸ ਕੋਨੇ ਤੋਂ ਰੱਖ ਕੇ ਇਸ ਕੋਨੇ ਨਾਲ ਸਿੱਧਾ ਨਿਸ਼ਾਨ ਲਾ ਲੈਣਾ ਹੈ, ਇਹਦਾ ਸੈਂਟਰ 'ਚ ਨਿਸ਼ਾਨ ਲਾ ਲਓ, ਸਕੇਅਰ ਨਾਲ ਸਿੱਧਾ ਨਿਸ਼ਾਨ ਇੱਕੋ ਜਿਹਾ ਖਿੱਚ ਲੈਣਾ ਹੈਗਾ, ਇਸ ਤਰ੍ਹਾਂ ਕੋਨੇ ਤੋਂ ਰੱਖ ਕੇ ਨਿਸ਼ਾਨ ਲਾ ਲੈਣਾ, ਸੈਂਟਰ ਦਾ ਨਿਸ਼ਾਨ ਖਿੱਚਿਆ ਹੋਇਆ ਆਪਣੇ ਉੱਥੇ ਤੋਂ ਨਿਸ਼ਾਨ ਲਾਓ। ਇਸ ਤਰ੍ਹਾਂ ਸਾਰੇ ਤੁਰ 'ਤੇ ਇੱਕੋ ਜਿਹਾ ਨਿਸ਼ਾਨ ਲਾ ਲੈਣਾ ਇਹਦਾ ਕਟਿੰਗ ਕਰਨ ਅੱਗੇ। ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ। ਆ ਦੇਖੋ, ਹੁਣ ਜੇ ਕਟਿੰਗ ਕਰਨੀ ਜਿਹੜੀ ਉੱਪਰਲੇ ਪੱਲੇ ਦੀ, ਇੱਕ ਪੱਲੇ ਦੀ ਕਟਿੰਗ ਕਰਨੀ ਹੈ, ਦੋਲੇ ਪੱਲੇ ਇਕੱਠੇ ਨਹੀਂ ਕੱਟਣੇ ਇਹਦੇ, ਜਿਹੜੇ ਮੈਂ ਆਪਣੇ ਨਿਸ਼ਾਨ ਲਾਇਆ ਉਹ ਨਿਸ਼ਾਨ 'ਤੇ ਕੱਟਣਾ ਹੈਗਾ, ਉੱਪਰਲਾ ਪੱਲਾ ਕੱਟਣਾ ਹੈਗਾ, ਦੋਨੇ ਪੱਲੇ ਇਕੱਠੇ ਨਹੀਂ ਕੱਟਣੇ ਹੈਗੇ।
ਦੇਖੋ ਇਸ ਤਰ੍ਹਾਂ ਕਟਿੰਗ ਕਰ ਦੇਣੀ ਇਹਨੂੰ। ਵੀਡੀਓ ਪੂਰੀ ਦੇਖਿਆ ਕਰੋ ਤਾਂ ਕਿ ਪਤਾ ਲੱਗੇ ਕਿਵੇਂ ਕਟਿੰਗ ਕਰੀ ਹੈ, ਕਿਵੇਂ ਚੀਜ਼ ਬਣਾਈ ਗਈ ਹੈ। ਆਹ ਦੇਖੋ ਹੁਣ ਆਪਾਂ ਸਾਈਡ 'ਤੇ ਜਿਹੜਾ ਕੱਪੜਾ ਹੁਣ ਤੁਹਾਨੂੰ ਦੱਸਿਆ ਇੱਕ ਵਾਰੀ ਕਿ ਵਿਚਾਲੇ ਕਟਿੰਗ, ਇੱਕ ਪੱਲੇ ਦੀ ਕਟਿੰਗ ਕੀਤੀ, ਦੋਨੇ ਪੱਲਾਂ ਦੀ ਕਟਿੰਗ ਨਹੀਂ ਕੀਤੀ ਗਈ। ਹੁਣ ਇਹਦੇ ਸਾਈਡ 'ਤੇ ਸਿਲਾਈ ਮਾਰਨੀ ਹੈ। ਆਹ ਦੇਖੋ ਇਸ ਤਰ੍ਹਾਂ ਕਰਕੇ ਸਾਈਡ 'ਤੇ ਸਿਲਾਈ ਮਾਰਾਂਗੇ ਦੋਨਾਂ ਪਾਸੇ। ਇਹ ਵੀ ਕੱਪੜਾ ਇੱਕ ਪਾਸਾ ਵਧਾ ਕੇ ਰੱਖਣਾ, ਇੱਕ ਘਟਾ ਕੇ ਰੱਖਣਾ। ਜਿਵੇਂ ਆਪਾਂ ਅੰਦਰਲੀ ਸਿਲਾਈ ਮਾਰੀ ਸੀ, ਘੇਰਾ ਮੋੜਿਆ ਸੀਗਾ, ਉਸ ਤਰ੍ਹਾਂ ਇਸ ਨੂੰ ਮੋੜਨਾ ਹੈਗਾ। ਇਹ ਵੀ ਇੱਕ ਪੱਲਾ ਵਧਾ ਕੇ ਘਟਾ ਕੇ ਰੱਖਾਂਗੇ। ਇਹ ਵੀ ਪੈਰ ਪੈਰ ਦੀ ਸਿਲਾਈ ਮਾਰਨੀ ਹੈ। ਐਸਾ ਕਰਕੇ ਇੱਕੋ ਜਿਹੀ ਸਿਲਾਈ ਮਾਰ ਲਓ ਇਹਦੇ। ਦੋਨਾਂ ਪਾਸੇ ਸਿਲਾਈ ਮਾਰਨੀ ਹੈ। ਇੱਕ ਪਾਸੇ ਸਿਲਾਈ ਮਾਰ ਲਈ, ਇਸੇ ਤਰ੍ਹਾਂ ਦੂਸਰੇ ਪਾਸੇ ਵੀ ਸਿਲਾਈ ਮਾਰਨੀ ਹੈ। ਪੁੱਠੇ ਪਾਸੇ ਸਿਲਾਈ ਮਾਰਨੀ ਹੈ, ਸਿੱਧੇ ਪਾਸੇ ਸਿਲਾਈ ਨਹੀਂ ਮਾਰਨੀ। ਜੋ ਆਪਾਂ ਪਹਿਲਾਂ ਸਿਲਾਈ ਮਾਰੀ ਸੀਗੀ ਕਟਿੰਗ ਕਰੀ ਸੈਂਟਰ 'ਚ ਰੱਖ ਕੇ, ਉਹ ਪੁੱਠਾ ਪਾਸਾ ਰੱਖਣਾ ਸਿਲਾਈ ਮਾਰਨ ਲੱਗੇ। ਇਸ ਤਰ੍ਹਾਂ ਪਾਸੇ ਦੋਨੋਂ ਪਾਸੇ ਸਿਲਾਈ ਮਾਰ ਦੇਣੀ ਇਹਦੀ, ਪੈਰ ਪੈਰ ਦੀ। ਅਗਰ ਤੁਹਾਨੂੰ ਫਿਰ ਵੀ ਸਮਝ ਨਾ ਆਵੇ ਤਾਂ ਦੁਬਾਰਾ ਪੁੱਛ ਸਕਦੇ ਹੋ ਕਮੈਂਟ ਕਰਕੇ ਤੁਸੀਂ। ਬਾਕੀ ਜੋ ਪਹਿਲਾਂ ਵੀਡੀਓ ਪਾਈਆਂ ਹੋਈਆਂ ਜਿਹੜੀਆਂ, ਅਗਰ ਨਾ ਸਮਝ ਆਈ ਹੋਵੇ ਤਾਂ ਕਮੈਂਟ ਕਰਕੇ ਦੁਬਾਰਾ ਪੁੱਛ ਲਿਆ ਕਰੋ, ਦੱਸਾਂਗੇ ਤੁਹਾਨੂੰ। ਆਹ ਦੇਖੋ ਦੋਨੇ ਪਾਸੇ ਸਿਲਾਈ ਮਾਰਤੀ ਹੈ ਇਹਦੇ। ਹੁਣ ਆਪਾਂ ਥੱਲੜੀ ਸਾਈਡ ਤੋਂ ਜਿਹੜੀ ਬੰਦ ਸਿਲਾਈ ਹੈ ਇਹਦੇ, ਉਸ ਪਾਸੋਂ ਕੱਪੜੇ ਨੂੰ ਰੇਪ ਕਰ ਲੈਣਾ ਹੈ। ਇਸ ਤਰ੍ਹਾਂ ਕਰਕੇ ਕੱਪੜਾ ਵਸਾ ਲਓ। ਉੱਪਰਲੇ ਸਾਈਡ ਕੱਪੜੇ ਦੀ ਖੁੱਲ੍ਹੀ ਸਾਈਡ ਹੈਗੀ, ਇਹਦੀ ਥੱਲੋ ਸਾਈਡ ਕੱਪੜਾ ਬੰਦ ਹੈਗਾ। ਇਹਨੂੰ ਇੱਕੋ ਜਿਹਾ ਕੱਪੜਾ ਕਰ ਲੈਣਾ, ਬਲ ਨਹੀਂ ਰਹਿਣਾ ਚਾਹੀਦਾ ਕੱਪੜੇ 'ਚ। ਇਸ ਤਰ੍ਹਾਂ ਨਾਖੁਣ ਮਾਰ ਕੇ ਕਰੀਜ਼ ਬਣਾ ਲਓ ਇਹਦੇ ਸੈਂਟਰ 'ਚ। ਇਸ ਤਰ੍ਹਾਂ ਕਰਕੇ ਨਾਖੁਣ ਮਾਰ ਲੈਣੇ, ਕਰੀਜ਼ ਬਣ ਜੂਗੀ ਇੱਥੇ। ਕੱਪੜਾ ਸਾਫ਼ ਕਰ ਲੈਣਾ ਪੂਰਾ, ਕੋਈ ਬਲ ਨਾ ਰਹੇ ਕੱਪੜੇ 'ਚ। ਜਿਹੜਾ ਪੌਂਚਾ ਰੱਖਣਾ ਇਹਦਾ ਕਛਹਿਰੇ ਦਾ, ਇਸ ਕੋਨੇ ਤੋਂ ਨਿਸ਼ਾਨ ਲਾਵਾਂਗੇ ਥੱਲੜੀ ਸਾਈਡ ਤੋਂ। 13 ਇੰਚ ਮੂਹਰੀ ਰੱਖਣੀ ਹੈ ਇਹਦੀ, ਤਾਂ 13 ਇੰਚ 'ਤੇ ਨਿਸ਼ਾਨ ਲਾਵਾਂਗੇ। ਇਸੇ ਤਰ੍ਹਾਂ ਆਪਾਂ ਦੂਸਰੇ ਪਾਸੇ ਵੀ ਇਸ ਤਰ੍ਹਾਂ ਨਿਸ਼ਾਨ ਲਾਉਣਾ ਹੈਗਾ। ਇਸ ਕੋਨੇ ਤੋਂ ਰੱਖ ਲੈਣਾ ਹੈਗਾ, 13 ਇੰਚ 'ਤੇ ਨਿਸ਼ਾਨ ਇੱਧਰ ਲਾਵਾਂਗੇ। ਬਾਕੀ ਜਿੰਨਾ ਪੌਂਚਾ ਰੱਖਣਾ ਹੋਵੇ ਆਪਦੇ ਹਿਸਾਬ ਨਾਲ ਰੱਖਿਆ ਜਾਂਦਾ ਹੈਗਾ, ਘੱਟ ਵੱਧ ਵੀ ਰੱਖਿਆ ਜਾਊਗਾ। 1.25 ਮੀਟਰ ਕੱਪੜੇ 'ਚ 15 ਇੰਚ 16 ਇੰਚ ਕਛਹਿਰਾ ਲੰਬਾਈ ਤਿਆਰ ਬਣ ਜਾਂਦੀ ਹੈ। 1 ਮੀਟਰ ਘੇਰ ਬਣ ਜੂਗਾ ਕਛਹਿਰੇ ਦਾ। ਇਸ ਤਰ੍ਹਾਂ ਪਹਿਲਾਂ ਇਹਨੂੰ ਡਬਲ ਕਰ ਲੈਣਾ ਆਪਾਂ ਕੱਪੜੇ ਨੂੰ ਸਾਰੇ ਨੂੰ। ਇਹਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਹੈ, ਜਦੋਂ ਪੌਂਚਿਆਂ ਦੀ ਕਟਿੰਗ ਕਰਾਂਗੇ ਤਾਂ ਇਸ ਤਰ੍ਹਾਂ ਨਿਗਾਹ ਰੱਖਣੀ ਹੈ ਕਿ ਜਿਹੜੀ ਇੱਕ ਪਾਸਾ ਡਬਲ ਹੈਗਾ, ਇੱਕ ਪਾਸਾ ਬੰਦ ਹੈ, ਇੱਕ ਪਾਸਾ ਖੁੱਲ੍ਹਾ ਇਹਦਾ। ਉਹ ਖੁੱਲ੍ਹੇ ਵਾਲੇ ਪਾਸੇ ਕਟਿੰਗ ਕਰਨੀ ਹੈ, ਬੰਦ ਵਾਲੇ ਪਾਸੇ ਕਟਿੰਗ ਨਹੀਂ ਕਰਨੀ। ਉੱਧਰ ਝੋਲੀਦਾਰ ਨਿਸ਼ਾਨ ਰੱਖਣਾ ਆਪਾਂ, ਝੋਲੀ ਰੱਖਾਂਗੇ ਉੱਥੇ। ਆਪਦੇ ਜਿਵੇਂ ਵਸਾ ਲਿਆ ਇਸ ਤਰ੍ਹਾਂ ਕੱਪੜਾ ਇੱਕੋ ਜਿਹਾ ਕਰ ਲੈਣਾ ਹੈਗਾ। ਅਗਰ ਝੋਲੀ ਪਾਸੇ ਆਪਾਂ ਮੂਹਰੀਆਂ ਕਟਿੰਗ ਕਰਤੀਆਂ ਤਾਂ ਕੱਪੜਾ ਖਰਾਬ ਹੋ ਜੂਗਾ। ਆਹ ਦੇਖੋ ਨਿਸ਼ਾਨ ਲਾ ਰਿਹਾ ਮੈਂ ਲੰਬਾਈ ਦਾ, 16 ਇੰਚ ਲੰਬਾਈ ਦਾ ਨਿਸ਼ਾਨ ਰੱਖ ਰਿਹਾ ਇਹਦਾ। ਇੱਥੇ 16 ਇੰਚ ਲੰਬਾਈ ਤਿਆਰ ਹੋ ਗਈ। ਝੋਲੀ ਰੱਖਣੀ ਜਿਹੜੀ ਆਪਾਂ ਸਾਈਡ ਤੋਂ ਰੱਖਣੀ, ਜਿਹੜੇ ਪਾਸਾ ਬੰਦ ਹੈ ਉੱਧਰ ਝੋਲੀ ਰੱਖਣੀ ਹੈ। 13 ਇੰਚ ਝੋਲੀ ਰੱਖਾਂਗੇ ਇਹਦੀ। ਉੱਪਰ ਜੋ ਨਿਸ਼ਾਨ ਲਾ ਰਿਹਾ ਨੇਫਾ ਮੋੜਨ ਦਾ ਨਿਸ਼ਾਨ ਹੈਗਾ, 2.25 ਇੰਚ ਕੱਪੜਾ ਮੁੜ ਜਾਂਦਾ ਅੰਦਰ ਨੇਫੇ ਦਾ। ਇੱਥੋਂ ਹੁਣ ਕਰੋਸ ਕਰਨਾ, ਜਿਵੇਂ ਦੇਖੋ ਰੇਪ ਕਰਕੇ ਨਿਸ਼ਾਨ ਲਾ ਰਿਹਾ ਮੈਂ, ਇਸ ਤਰ੍ਹਾਂ ਨਿਸ਼ਾਨ ਲਾਉਣੇ ਇਹਦੇ ਨੇਫਾ ਮੋੜਨ ਦੇ। ਇਹਤੋਂ ਕਟਿੰਗ ਕਰਾਂਗੇ, ਜਿਵੇਂ ਜਿਵੇਂ ਨਿਸ਼ਾਨ ਲਿਆ ਉਸ ਤਰ੍ਹਾਂ ਕਟਿੰਗ ਕਰ ਦੇਣੀ ਇਹਦੀ। ਇੱਥੋਂ ਕਟਿੰਗ ਕਰਨੀ ਇਹਦੀ, ਇਸ ਤਰ੍ਹਾਂ ਇੱਕੋ ਜਿਹਾ ਨਿਸ਼ਾਨ ਮਾਰ ਲਓ ਇਹਦੇ ਉੱਤੇ ਕਟਿੰਗ ਕਰਨ ਵਾਸਤੇ।
ਸਾਈਡ 'ਤੇ ਮੈਂ ਕੱਟ ਲਾ ਰਿਹਾ ਜਿਹੜਾ, ਇੱਥੇ ਨੇਫਾ ਮੋੜਨ ਵਾਸਤੇ ਤਰੀਕਾ ਦੱਸਾਂ ਤੁਹਾਨੂੰ ਕਿ ਨੇਫਾ ਕਿਵੇਂ ਮੋੜਨਾ ਇਹਦਾ। ਸਿਰਫ ਕਟਿੰਗ ਕਟਿੰਗ ਦੀ ਵੀਡੀਓ ਪਾ ਰਿਹਾ, ਤੁਸੀਂ ਬਣਾਵਾਂਗੇ ਜਦੋਂ ਉਦੋਂ ਤੁਹਾਨੂੰ ਦੱਸਾਂਗੇ ਨੇਫਾ ਕਿਸ ਤਰ੍ਹਾਂ ਮੋੜਨਾ ਇਹਦਾ, ਕਿ ਸਾਨੂੰ ਕਮੀਜ਼ ਬਣੂਗਾ ਕਸ਼ਹਿਰਾ ਇਹ। ਆਹ ਦੇਖੋ ਹੁਣ ਮੈਂ ਜੋ ਪੌਂਚਿਆਂ ਦੀ ਕਟਿੰਗ ਕਰ ਰਿਹਾ ਥੱਲੋਂ, ਥੋੜ੍ਹਾ ਜਿਹਾ ਤਾਂ ਕੱਟ ਲਾ ਲਓ। ਜਿਹੜਾ ਨਾਖੁਣ ਮਾਰ ਕੇ ਕਰੀਜ਼ ਬਣਾਈ ਸੀ ਆਪਾਂ, ਉਹ ਕਰੀਜ਼ ਤੋਂ ਕਟਿੰਗ ਕਰਨੀ ਹੈ ਇਹਦੀ। 13 ਇੰਚ ਨਿਸ਼ਾਨ ਲਾਇਆ ਆਪਾਂ, ਉਹ 13 ਤਾਂ ਹੀ ਕਟਿੰਗ ਕਰਨੀ, ਉਹ ਤੋਂ ਜ਼ਿਆਦਾ ਕਟਿੰਗ ਨਹੀਂ ਕਰਨੀ ਗੀ। ਇਹ 13 ਇੰਚ ਪੌਂਚਾ ਤਿਆਰ ਰਹਿ ਜੂ ਇੱਥੋਂ, ਇਸ ਤਰ੍ਹਾਂ ਇਹਦੇ ਥੱਲੇ ਜਿਹੜੇ ਪੱਲੇ ਦੀ ਕਟਿੰਗ ਕਰ ਦੇਣੀ ਹੈ। ਆਹ ਦੇਖੋ ਦੋਨੇ ਪੱਲੇ ਅੱਡ ਅੱਡ ਹੈਗੇ ਆਪਣੇ ਕੋਲ ਕਟਿੰਗ ਕਰਨ ਵਾਸਤੇ। ਚੋਲੀ ਵਾਲਾ ਪਾਸਾ ਬੰਦ ਹੁੰਦਾ, ਉੱਧਰਲੇ ਪਾਸੇ ਕਟਿੰਗ ਨਹੀਂ ਕਰਨੀ ਪੌਂਚਿਆਂ ਦੀ, ਜਿੱਧਰ ਪੱਲੇ ਖੁੱਲ੍ਹੇ ਹੋਣਗੇ ਉੱਧਰਲੇ ਪਾਸੇ ਕਟਿੰਗ ਕਰਨੀ ਹੈ। ਇਸ ਤਰ੍ਹਾਂ ਕਟਿੰਗ ਕਰ ਦੇਣੀ ਹੈ ਇਹਦੀ।